ਹਰਭਜਨ ਦਾਸ ਜੀ ਜਿਨ੍ਹਾਂ ਨੂੰ ਸਾਰੇ ਜਾਣਦੇ ਹਨ, ਲੰਮੇ ਸਮੇਂ ਤੋਂ ਉਪਕਾਰ ਕਰਦੇ ਆ ਰਹੇ ਹਨ। ਜਦੋਂ ਵੀ ਉਹਨਾਂ ਦੇ ਕੋਲ ਕਿਸੇ ਨੇ ਜਾਣਾ, ਕਦੇ ਵੀ ਉਹ ਗੁੱਸੇ ਵਿੱਚ ਨਹੀਂ ਸੀ ਆਉਂਦੇ। ਜੇ ਕੋਈ ਕਹਿ ਦਿੰਦਾ ਮੇਰੇ ਕੋਲ ਪੈਸੇ ਨਹੀਂ, ਕਦੇ ਪੈਸੇ ਨਹੀਂ ਸੀ ਮੰਗੇ, ਨਾ ਹੀ ਉਹਨਾਂ ਨੇ ਕਦੇ ਮੰਗੇ ਸੀ ਆਪਣੀ ਸਾਧਨਾ ਦੇ ਨਾਲ ਕਿ ਕੋਈ ਵੀ ਉੱਥੇ ਦੇ ਸਕਦਾ। ਜੇ ਕੋਈ ਜੋੜ ਬੱਜ ਆਉਂਦਾ ਕਿ ਮੇਰੇ ਕੋਲ ਕਿਰਾਇਆ ਵੀ ਨਹੀਂ ਵਾਪਸ ਜਾਣਗਾ, ਉਹਨੂੰ ਪ੍ਰੇਮ ਦੇ ਨਾਲ ਪੈਸੇ ਵੀ ਚੁੱਕ ਕੇ ਦੇ ਦਿੰਦੇ ਨੇ ਤੇ ਆਪ ਨੂੰ ਬੱਚਿਆਂ ਨੂੰ ਕੁਝ ਲੈ ਵੀ ਜਾਈ ਆ ਵੀ ਨਾਲ ਖੋਲ ਲਏ। ਇੰਨੇ ਪਰ ਉਪਕਾਰੀ ਸਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਰ। ਇਹ ਕੋਈ ਕਹਿਣ ਦੇ ਨਾਲ ਜ਼ਿਆਦਾ ਸੋਭਾ ਨਹੀਂ, ਆਪਾਂ ਉਹਨਾਂ ਦੇ ਜੀਵਨ ਨੂੰ ਨੇੜੇ ਹੋ ਕੇ ਦੇਖਿਆ। ਅੱਜ ਬੁੱਢੀ ਜੀਵੀ ਜੋ ਉਹਨਾਂ ਦੇ ਅੰਤ ਅਰਦਾਸ ਵਿੱਚ ਆਪ ਗੁਰਮੁਖ ਪਿਆਰੇ ਇਲਾਕੇ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਜੋ ਪਹੁੰਚ ਰਹੇ, ਹੁਕਮ ਹੋਇਆ ਕਿ ਡੇਢ ਵਜੇ ਅਰਦਾਸ ਹੋਈ। ਪ੍ਰਭੂ ਦੀ ਬੀਬੀ ਬੈਠੀ ਪਾ ਭਗਵਾਨ ਦੇ ਸਾਡੇ ਕੋਲ ਮਹੰਤ ਹਰਭਜਨ ਦਾਸ ਦੀ ਯਾਦ ਅੰਦਰ ਜੁੜੇ ਹੋਏ, ਗਗਨਦੀਪ ਸਿੰਘ ਜੀ ਬਰਨਾਲਾ ਤੇ ਮਹੰਤ ਗਿਆਰਾ ਸਿੰਘ ਹੋਰ ਮਹੰਤ ਮਹਾਂਪੁਰਸ਼ ਜਥੇਦਾਰ ਵੀਰ ਸਿੰਘ ਜੀ ਸੰਘੇੜਾ, ਜਥੇਦਾਰ ਛੱਤਰ ਸਿੰਘ ਜੀ ਠੀਕਰੀ ਬਾਲ, ਹੋਰ ਸੰਗਤਾਂ ਇਲਾਕੇ ਦੀਆਂ ਭੈਣਾਂ ਮਾਤਾਵਾਂ ਬਹੁਤਿਆਂ ਨੇ ਇਹਦੇ ਜਾਣਦਿਆਂ ਨਾਮ ਨਹੀਂ ਜਾਣਦੇ, ਆਪ ਸਤਿਗੁਰੂ ਦੀ ਜਾਣੀ ਜਾਣੀ ਪਰਿਵਾਰ ਦੇ ਨਾਲ ਆਪ ਜੀ ਦੀ ਨੇੜਤਾ ਜੋ ਆਪ ਮਹੰਤ ਹਰਭਜਨ ਦਾਸ ਜੀ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਨੇ, ਵੱਡੀ ਗਿਣਤੀ ਵਿੱਚ ਪਹੁੰਚ ਰਹੇ ਆਓ ਪ੍ਰੇਮ ਦੇ ਨਾਲ ਇਹਦਾ ਹੀ ਕਿ ਸਭ ਨੂੰ ਸਰਵਣ ਕਰੀਏ ਉਸ ਪਰ ਉਪਕਾਰੀ ਸੰਤ ਨੂੰ ਕਿ ਸਰਦਾ ਦੇ ਫੁੱਲ ਭੇਟ ਕਰੀਏ। ਗੁਰੂ ਨਾਨਕ ਦੇ ਧਿਆਏ ਹਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸਾ ਹੋਏ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਦੀ ਧਿਆਈ ਹੈ, ਜੇ ਜੁਠਾਏ ਸਬਦ ਪਜਾਏ, ਤੇਗ ਬਹਾਦਰ ਸਿਮਰੀ ਆਏ, ਕਰਨੇ ਗੁੰਗਾਏ ਜੁਗੋ ਜੁਗ ਅਟਲ ਧਰਤਾ, ਜੈ ਜੈਕਾਰ ਸਿੱਖਾਂ ਦਾ ਵਾਣੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਾਹਿਬ ਤਾਕੀਓ ਸ੍ਰੀ ਨਨਕਾਣਾ ਸਾਹਿਬ ਆ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਕੀ ਪੜ੍ਹ ਸੁਣ ਮੰਨਣ ਵਿਚਾਰ ਦੀ ਸਮਤ ਬਖਸ਼ ਕਰਨੀ, ਬੜੀ ਸਿਮੀ ਗੁਰਬਾਣੀ ਦਾ ਭਾਵ ਸ੍ਰੀ ਹੋਏ ਆਤਮਾ ਨੂੰ ਪ੍ਰਦਾਨ ਕਰਨਾ, ਚਰਨਾਂ ਵਿੱਚ ਨਿਵਾਸ ਦੇਣਾ, ਕਿਸੇ ਪਰਿਵਾਰ ਨੂੰ ਵਿਦਿਆ ਪੁੱਤਰ ਦੇ ਪਾਸਾ ਭਾਣਾ ਮੰਨਣ ਦੀ ਵਰਤਾਰ ਕੋਸ਼ਿਸ਼ ਕਰਨੀ, ਜੋ ਮਾਈ ਭਾਈ ਦੂਰੋਂ ਨੇੜੇ ਜਗ ਕੇ ਅੰਤਮ ਅਰਦਾਸ ਸ਼ਾਮਲ ਹੋਏ ਨੇ, ਸਭਨਾਂ ਦੇ ਅੱਗੇ ਪਾਸਾ ਹਾਜ਼ਰ ਪਰਿਵਾਰ ਕਰਨੀ ਚੱਲਿਆ ਹੋਇਆ, ਕਦਮ ਕਦਮ ਦੇ ਕੇ ਲਾਉਣਾ ਮਹਾਰਾਜ ਜੀ ਉਹ ਪਰਿਵਾਰ ਵੱਲੋਂ ਟੈਰੋ ਪ੍ਰੈਸ਼ਰ ਦੇ ਵਿੱਚ ਪੈ ਗਏ ਆ ਕਿਉਂਕਿ ਸਾਡੀ ਰਾਜਨੀਤੀ ਹਾਵੀ ਹੋ ਗਈ। ਉਹ ਰਾਜਨੀਤੀ ਵਾਲੇ ਜਦੋਂ ਆਏ ਹਿੰਦੁਸਤਾਨ ਆਜ਼ਾਦ ਹੋਇਆ, ਉਹਨਾਂ ਨੂੰ ਸੰਸਕ੍ਰਿਤ ਨੂੰ ਪਹਿਲਾਂ ਦਾ ਕੰਮ ਸਾਡਾ ਨੁਕਸਾਨ ਇਹ ਹੋਇਆ ਕਿ ਸਾਡੀ ਸੰਸਕ੍ਰਿਤ ਬੰਦ ਕਰ ਦਿੱਤੀ। ਸਾਡੀ ਸੰਸਕ੍ਰਿਤ ਬੰਦ ਕਰਨ ਦੇ ਨਾਲ ਕੀ ਹੋਇਆ ਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਹੁਣ ਕਿਤੇ ਸੰਸਕ੍ਰਿਤ ਪੜ੍ਹਾਈ ਜਾਂਦੀ ਹੋਣੀ ਹੈ ਕਿ ਨਹੀਂ। ਇਹ ਉਦਾਸੀ ਮਤ ਹੈ ਜਿਹਨੇ ਅਯੁਰਵੇਦ ਨੂੰ ਚਾਲੂ ਰੱਖਿਆ। ਇਹ ਜਿਹੜਾ ਲੋਕਾਂ ਦਾ ਇਹ ਦੇਖਣੇ ਕਿ ਬਾਬਾ ਜੀ ਨੂੰ ਮਿਲ ਲੈਂਦੇ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੁੰਦੇ ਸੀ। ਮੈਥੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਤਿੰਦਰ ਸਾਹਿਬ ਸੰਤ ਬਾਬਾ ਹਰਗੋਬਿੰਦ ਸਿੰਘ ਗੰਡੇਵਾਲੇ ਜੀ ਜਿਹੜੇ ਆਪ ਵੀ ਵਿਦਵਾਨ ਨੇ, ਉਹਨਾਂ ਨੇ ਬਾਖੂਬੀ ਇੰਨਾ ਵਾਕ ਔਰ ਮਹੰਤ ਵੀ ਕੀ ਜੀ ਉਹਨਾਂ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਮਹੰਤ ਹਰਭਜਨ ਦਾਸ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਇਕੱਤਰ ਹੋਈ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੁਨੀਆਂ 'ਤੇ ਇਨਸਾਨ ਆਉਂਦਾ
ਦੇ ਹਰ ਜਨ ਦੀ ਬਿਮਾਰੀ ਦੇ ਲੋਕ ਇਹਦੇ 'ਤੇ ਡਿਪੈਂਡੈਂਟ ਸੀ, ਨਿਰਭਰ ਸੀ। ਉਹ ਜਿਹੜੇ ਸਮਾਜ ਦੀ ਸੇਵਾ ਕੀਤੀ, ਉਦਾਸੀ ਮਤ ਵੈਸੇ ਵੀ ਸਮਾਜ ਦੀ ਸੇਵਾ ਕੀਤਾ ਹੈ। ਮੈਂ ਕਹਿ ਰਿਹਾ ਸੀ ਕਿ ਖਾਲਸਾ ਤਾਂ ਸਿੱਧੇ ਮੁੱਖ ਕਰਦੇ ਸੀ। ਬਣਿਆ ਹੁਣ ਇਹਨਾਂ ਨੂੰ ਵੀ ਇਹ ਆ ਕਿ ਲੋਕਾਂ ਦੀ ਸੇਵਾ ਅੱਜ